ਦੋਸਤੋ, ਗਰੀਬੀ ਬਹੁਤ ਹੀ ਬੁਰੀ ਚੀਜ਼ ਹੈ। ਜਿਸ ਦੇ ਪੱਲੇ ਇਹ ਇੱਕ ਵਾਰੀ ਪੈ ਜਾਵੇ ਫਿਰ ਉਸ ਦੀਆਂ ਸਾਰੀਆਂ ਖੁਸ਼ੀਆਂ ਨੂੰ ਅੱਗ ਲਾ ਕੇ ਰੱਖ ਦਿੰਦੀ ਹੈ। ਜਿਵੇਂ ਕਿ ਹੁਣ ਆਪਾਂ ਵੀਡੀਓ ਦੇ ਵਿੱਚ ਦੇਖ ਸਕਦੇ ਹਾਂ ਕਿ ਇੱਕ ਮਾਂ ਅਤੇ ਇੱਕ ਧੀ ਲੋਕਾਂ ਦਾ ਸੜਕ ਦੇ ਉੱਪਰ ਮਨੋਰੰਜਨ ਕਰ ਰਹੇ ਨੇ ਸਿਰਫ ਇੱਕ ਰੋਟੀ ਦੇ ਲਈ, ਅਤੇ ਜੇਕਰ ਇਹਨਾਂ ਦੇ ਉੱਪਰ ਗਰੀਬੀ ਨਾ ਹੁੰਦੀ ਤਾਂ ਇਹ ਸੜਕ ਦੇ ਉੱਪਰ ਇਸ ਤਰ੍ਹਾਂ ਨਾ ਕਰਦੇ। ਸ਼ਾਇਦ ਕਿਤੇ ਇਹ ਨਿੱਕੀ ਬੱਚੀ ਅੱਜ ਕਿਸੇ ਚੰਗੇ ਸਕੂਲ ਦੇ ਵਿੱਚ ਪੜ੍ਹਨ ਜਾਂਦੀ ਹੁੰਦੀ ਤਾਂ। ਦੋਸਤੋ, ਅਜਿਹੇ ਲੋਕਾਂ ਦੀ ਜ਼ਰੂਰ ਮਦਦ ਕਰਿਆ ਕਰੋ, ਅਤੇ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਮੈਂਟ ਕਰਕੇ ਜ਼ਰੂਰ ਦੱਸਣਾ। ਦੋਸਤੋ, ਗਰੀਬੀ ਬਹੁਤ ਹੀ ਬੁਰੀ ਚੀਜ਼ ਹੈ। ਜਿਸ ਦੇ ਪੱਲੇ ਇਹ ਇੱਕ ਵਾਰੀ ਪੈ ਜਾਵੇ ਫਿਰ ਉਸ ਦੀਆਂ ਸਾਰੀਆਂ ਖੁਸ਼ੀਆਂ ਨੂੰ ਅੱਗ ਲਾ ਕੇ ਰੱਖ ਦਿੰਦੀ ਹੈ। ਜਿਵੇਂ ਕਿ ਹੁਣ ਆਪਾਂ ਵੀਡੀਓ ਦੇ ਵਿੱਚ ਦੇਖ ਸਕਦੇ ਹਾਂ ਕਿ ਇੱਕ ਮਾਂ ਅਤੇ ਇੱਕ ਧੀ ਲੋਕਾਂ ਦਾ ਸੜਕ ਦੇ ਉੱਪਰ ਮਨੋਰੰਜਨ ਕਰ ਰਹੇ ਨੇ ਸਿਰਫ ਇੱਕ ਰੋਟੀ ਦੇ ਲਈ, ਅਤੇ ਜੇਕਰ ਇਹਨਾਂ ਦੇ ਉੱਪਰ ਗਰੀਬੀ ਨਾ ਹੁੰਦੀ ਤਾਂ ਇਹ ਸੜਕ ਦੇ ਉੱਪਰ ਇਸ ਤਰ੍ਹਾਂ ਨਾ ਕਰਦੇ। ਸ਼ਾਇਦ ਕਿਤੇ ਇਹ ਨਿੱਕੀ ਬੱਚੀ ਅੱਜ ਕਿਸੇ ਚੰਗੇ ਸਕੂਲ ਦੇ ਵਿੱਚ ਪੜ੍ਹਨ ਜਾਂਦੀ ਹੁੰਦੀ ਤਾਂ। ਦੋਸਤੋ, ਅਜਿਹੇ ਲੋਕਾਂ ਦੀ ਜ਼ਰੂਰ ਮਦਦ ਕਰਿਆ ਕਰੋ, ਅਤੇ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਮੈਂਟ ਕਰਕੇ ਜ਼ਰੂਰ ਦੱਸਣਾ।